ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀਕੇ ਕਿੰਗਰਾ ਨੇ ਦਾਅਵਾ ਕੀਤਾ ਹੈ ਕਿ ਬਦਲ ਰਹੇ ਮੌਸਮ ਦੇ ਚਲਦਿਆਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵੀ ਇਸ ਦੇ ਨਾਲ ਫਾਇਦਾ ਹੋਵੇਗਾ ਕਿਉਂਕਿ ਝੋਨੇ ਲਈ ਇਹ ਮੌਸਮ ਕਾਫੀ ਲਾਹੇਵੰਦ ਹੈ। ਉਹਨਾਂ ਕਿਹਾ ਕਿ ਜੂਨ ਦੇ ਮਹੀਨੇ ਵਿੱਚ ਬਰਸਾਤ ਘੱਟ ਹੋਈ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੱਛਮੀ ਚੱਕਰਵਾਤ ਦੇ ਚਲਦਿਆਂ ਸੂਬੇ ਭਰ 'ਚ ਗਰਜ ਚਮਕ ਅਤੇ ਛਿੱਟੇਮਾਰੀ ਹੋ ਸਕਦੀ ਹੈ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਰਜਿੰਦਰ ਅਰੋੜਾ ਦੀ ਰਿਪੋਰਟ। ਬਿਲਕੁਲ ਜੀ, ਕਿਉਂਕਿ ਮੌਨਸੂਨ ਹੁਣ ਕਾਫੀ ਐਕਟਿਵ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਹੈਗਾ। ਕੱਲ੍ਹ ਤੱਕ ਮੌਨਸੂਨ ਨੇ ਹਿਮਾਚਲ ਔਰ ਹਰਿਆਣਾ ਦੇ ਕੁਝ ਪਾਰਟਸ ਕਵਰ ਕਰ ਲਏ ਸੀਗੇ, ਸੋ ਉੱਥੇ ਕਾਫੀ ਬਾਰਿਸ਼ ਵੀ ਹੋਈ ਹੈ। ਔਰ ਅੱਜ ਹੁਣ ਮੌਨਸੂਨ ਨੇ ਪੰਜਾਬ ਔਰ ਹਰਿਆਣਾ ਦੇ ਕੁਝ ਹੋਰ ਪਾਰਟਸ ਵੀ ਕਵਰ ਕਰ ਲਏ ਨੇ, ਸੋ ਆਉਣ ਵਾਲੇ 2-3 ਦਿਨ ਸਾਰੇ ਪੰਜਾਬ 'ਚ ਹੀ ਕਿਤੇ ਕਿਤੇ ਲਾਈਟ ਟੂ ਮੋਡਰੇਟ ਬਾਰਿਸ਼ ਹੋਣ ਦੀ ਪ੍ਰੈਡਿਕਸ਼ਨ ਹੈ, ਔਰ ਇਹਦੇ ਨਾਲ ਨਾਲ ਲਾਈਟਨਿੰਗ ਜਾਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ। ਕੀ ਲੱਗਦਾ ਜੀ, ਲੋਕਾਂ ਨੂੰ ਕਿਸ ਤਰੀਕੇ ਦੀ ਰਾਹਤ ਹੈ ਔਰ ਕਿਸਾਨਾਂ ਨੂੰ ਕਿਸ ਤਰੀਕੇ ਦੀ ਰਾਹਤ ਹੈ? ਕਿਉਂਕਿ ਜ਼ਿਆਦਾਤਰ ਜਿਹੜੇ ਹੈ ਕਿਸਾਨ ਇਸ ਵਾਰ ਝੋਨਾ ਲਗਾ ਕੇ ਜਿਹੜਾ ਆਪਣਾ ਖੇਤੀ ਕਰ ਰਹੇ ਨੇ, ਤਾਂ ਨਾਲ ਨਾਲ ਗੁਲਾਬੀ ਸੁੰਡੀ ਜਿਹੜੀ ਆ ਉਹ ਉਹਦੀ ਚਪੇਟ ਦੇ ਵਿੱਚ ਵੀ ਕਿਤੇ ਨਾ ਕਿਤੇ। ਬਿਲਕੁਲ ਜੀ, ਕਿਉਂਕਿ ਹੁਣ ਜਿਹੜੀਆਂ ਖਰੀਫ ਕ੍ਰੋਪਸ ਫੀਲਡ ਦੇ ਵਿੱਚ ਲੱਗ ਗਈਆਂ ਨੇ, ਉਹਨਾਂ ਨੂੰ ਸੋਇਲ ਮੋਇਸਚਰ ਦੀ ਕਾਫੀ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਆ, ਸੋ ਜਿਹੜੇ ਆਉਣ ਵਾਲੇ 2-3 ਦਿਨ ਨੇ ਇਹਨਾਂ ਦੇ ਵਿੱਚ ਬਾਰਿਸ਼ ਦੇ ਨਾਲ ਸੋਇਲ ਮੋਇਸਚਰ ਪ੍ਰੋਵਾਈਡ ਹੋਊਗਾ, ਸੋ ਫਾਰਮਰਸ ਲਈ ਇਹ ਬੜਾ ਲਾਹੇਵੰਦ ਰਹਿਣ ਵਾਲਾ ਹੈ। ਔਰ ਆਮ ਲੋਕਾਂ ਲਈ ਵੀ, ਕਿਉਂਕਿ ਪਿਛਲੇ ਦਿਨਾਂ ਤੋਂ ਹਿਊਮਿਡਿਟੀ ਬਹੁਤ ਵੱਧ ਗਈ ਸੀ ਔਰ ਇਹਦੇ ਕਰਕੇ ਬੜੀਆਂ ਅਨਕੰਫਰਟੇਬਲ ਵੈਦਰ ਕੰਡੀਸ਼ਨਸ ਹੋ ਗਈਆਂ ਸੀਗੀਆਂ, ਬਟ ਹੁਣ ਕਿਉਂਕਿ ਬਾਰਿਸ਼ ਦੀ ਪ੍ਰਿਡਿਕਸ਼ਨ ਹੈ ਆਉਣ ਵਾਲੇ 2-3 ਦਿਨ ਸਾਰੇ ਪੰਜਾਬ 'ਚ, ਔਰ ਇਹਦੇ ਨਾਲ ਜਿਹੜੇ ਆਮ ਲੋਕਾਂ ਨੂੰ ਵੀ ਮੌਸਮ ਤੋਂ ਕਾਫੀ ਰਾਹਤ ਮਿਲ ਸਕਦੀ ਹੈ। ਲੁਧਿਆਣਾ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾ ਸਕਦਾ ਹੈ, ਕਿਉਂਕਿ ਆਮ ਤੌਰ 'ਤੇ ਜਿਹੜੀ ਹੈ ਪਿਛਲੇ ਮਹੀਨੇ ਦਾ ਰਿਕਾਰਡ ਤੁਸੀਂ ਦੱਸਿਆ ਸੀ ਅਤੇ ਉਹ ਕਾਫੀ ਅੱਗ ਸੀਗਾ, ਇਸ ਵਾਰ ਜੂਨ ਦੇ ਮਹੀਨੇ ਦਾ ਕੀ ਰਿਕਾਰਡ ਜੀ? ਜੂਨ ਦੇ ਮਹੀਨੇ ਲੁਧਿਆਣਾ ਦੇ ਵਿੱਚ ਨੋਰਮਲ ਨਾਲੋਂ ਹਲੇ ਤੱਕ ਜਿਹੜੀ ਬਾਰਿਸ਼ ਕਾਫੀ ਨੀਚੇ ਚੱਲ ਰਹੀ ਹੈਗੀ ਆ। ਹੁਣ ਵੀ ਪਿਛਲੇ 1-2 ਦਿਨ ਬਾਰਿਸ਼ ਸਾਰੇ ਪੰਜਾਬ ਵਿੱਚ ਕਿਤੇ ਕਿਤੇ ਹੋਈ ਹੈ ਔਰ ਲੁਧਿਆਣਾ ਦੇ ਵਿੱਚ ਬਟ ਨਹੀਂ ਰਿਕਾਰਡ ਕੀਤੀ ਗਈ, ਬਟ ਹੁਣ 2-3 ਦਿਨ ਜਿਹੜੇ ਲੁਧਿਆਣਾ ਵੀ ਔਰ ਹੋਰ ਵੀ ਜਿਹੜੇ ਪੰਜਾਬ ਦੇ ਅਲੱਗ ਅਲੱਗ ਥਾਵਾਂ 'ਤੇ ਲਾਈਟ ਟੂ ਮੋਡਰੇਟ ਬਾਰਿਸ਼ ਹੋਣ ਦੀ ਪ੍ਰੈਡਿਕਸ਼ਨ ਹੈ।